ਮੋਹਾਲੀ ਦੇ ਏਅਰਪੋਰਟ ਰੋਡ ਦੇ ਸੈਕਟਰ 79 ਇਸੇ ਰੈਸਟੋਰੈਂਟ ਦੇ ਬਾਹਰ ਦੇਰ ਰਾਤ ਕਰੀਬ 1:30 ਵਜੇ ਫਾਇਰਿੰਗ ਹੋਈ ਹੈ। ਕਟਾਨੀ ਅਪ੍ਰੀਮੀਅਮ ਢਾਬਾ ਦੇ ਬਾਹਰ ਜਿਹੜੇ ਵੀ ਹਮਲਾਵਰ ਇੱਥੇ ਪਹੁੰਚਦੇ ਨੇ ਉਹ ਬਿਲਕੁਲ ਨੇੜੇ ਤੋਂ ਇੱਥੇ ਫਾਇਰਿੰਗ ਕਰਕੇ ਫਰਾਰ ਹੋਏ ਨੇ। ਹੁਣ ਤੱਕ ਦੀ ਜਿਹੜੀ ਜਾਣਕਾਰੀ ਪੁਲਿਸ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ, ਕਰੀਬ 4 ਤੋਂ 5 ਫਾਇਰ ਹੋਏ ਨੇ ਔਰ ਇਹ ਜਿਹੜਾ ਸ਼ੀਸ਼ਾ ਹੈ ਉਹ ਪੂਰਾ ਬ੍ਰੇਕ ਹੋ ਚੁੱਕਿਆ। ਹਾਲਾਂਕਿ ਹਜੇ ਵੀ ਖੋਲ ਜਿਹੜੇ ਹੈ ਉਹ ਇਹਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆ ਰਿਹਾ ਕਿ ਜਿਹੜੇ ਵੀ ਹਮਲਾਵਰ ਇੱਥੇ ਪਹੁੰਚੇ ਨੇ ਉਹਨਾਂ ਨੇ ਬੜੇ ਹੀ ਨੇੜੇ ਤੋਂ ਬਹੁਤ ਹੀ ਨੇੜੇ ਹੋ ਕੇ ਇਹ ਫਾਇਰਿੰਗ ਕੀਤੇ, ਯਾਨੀ ਕਿ ਡਰਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਕੀਤੀ ਹੈ। ਲੇਕਿਨ ਆਖਿਰ ਉਹ ਹਮਲਾਵਰ ਕੌਣ ਸੀ, ਕੋਈ ਗੈਂਗਸਟਰ ਕਨੈਕਸ਼ਨ ਹੈ ਜਾਂ ਪੁਰਾਣੀ ਰੰਜਿਸ਼ ਹੈ, ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਇਹਦੇ ਵਿੱਚ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਲੋਕਲ ਪੁਲਿਸ ਦੇ ਨਾਲ ਨਾਲ ਸੀਆਈ ਸਟਾਫ ਸਪੈਸ਼ਲ ਸੈੱਲ ਇਹਦੇ ਵਿੱਚ ਲੱਗਿਆ ਹੋਇਆ। ਹਾਲਾਂਕਿ ਬੰਟੀ ਬੈਂਸ ਜੋ ਨਾਮੀ ਰਾਈਟਰ ਨੇ ਉਹ ਇੱਥੇ ਬੈਠੇ ਹੋਏ ਸੀਗੇ ਔਰ ਉਹਨਾਂ ਵੱਲੋਂ ਇੱਕ ਰੀਲ ਪਾਈ ਗਈ ਔਰ ਉਹਦੇ ਵਿੱਚ ਲੋਕੇਸ਼ਨ ਜੇ ਥੋੜੀ ਦੇਰ ਬਾਅਦ ਹੀ ਇਹ ਫਾਇਰਿੰਗ ਹੋਈ। ਹਾਲਾਂਕਿ ਉਹ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲਾਵਰ ਜਿਹੜੇ ਵੀ ਸੀਗੇ ਉਹ ਫਾਇਰਿੰਗ ਕਰਨ ਤੋਂ ਬਾਅਦ ਇੱਥੋਂ ਫਰਾਰ ਹੋ ਗਏ। ਹਾਲਾਂਕਿ ਹੁਣ ਨੇੜੇ ਤੇੜੇ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਹੁਣ ਜਿਹੜੀ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਕਈ ਸੀਸੀਟੀਵੀ ਕਬਜ਼ੇ ਚ ਲਿੱਤੀ ਹੈ, ਲੇਕਿਨ ਪੁਲਿਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਨੇ। ਲੇਕਿਨ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਕੋਈ ਰੰਗਦਾਰੀ ਦਾ ਜਿਹੜਾ ਮਾਮਲਾ ਹੈ ਉਹ ਜ਼ਰੂਰ ਇਹਦੇ ਵਿੱਚ ਸਾਹਮਣੇ ਆ ਸਕਦਾ। ਇੱਕ ਖੋਲ ਇਹ ਹੈ, ਇੱਕ ਖੋਲ ਜਿਹੜਾ ਇੱਥੇ ਵੀ ਲੱਗਿਆ, ਯਾਨੀ ਕਿ 4 ਤੋਂ 5 ਇਹ ਫਾਇਰਿੰਗ ਹੋਈ ਹੈ ਔਰ ਉਸ ਤੋਂ ਬਾਅਦ ਹਮਲਾਵਰ ਇੱਥੋਂ ਫਰਾਰ ਹੋ ਜਾਂਦੇ ਨੇ। ਕਰੀਬ 1:30 ਵਜੇ ਦੀ ਇਹ ਘਟਨਾ ਹੈ ਜਦ ਇਹ ਪੂਰਾ ਜਿਹੜਾ ਫਾਇਰਿੰਗ ਹੋਈ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੂਰੀ ਆਵਾਜਾਈ ਹੁੰਦੀ ਹੈ ਰੋਡ ਤੇ, ਏਅਰਪੋਰਟ ਰੋਡ ਹੈ, ਬਿਲਕੁਲ ਰੋਡ ਦੇ ਨਾਲ ਹੀ ਸ਼ਰਾਬ ਦਾ ਠੇਕਾ, ਸ਼ਰਾਬ ਦੇ ਠੇਕੇ ਦੇ ਨਾਲ ਹੀ ਇਹ ਰੈਸਟੋਰੈਂਟ ਹੈ ਔਰ ਦੇਰ ਰਾਤ ਕਾਫੀ ਆਵਾਜਾਈ ਹੁੰਦੀ ਹੈ, ਕਾਫੀ ਇੱਥੇ ਰੈਸਟੋਰੈਂਟਸ ਨੇ ਔਰ ਹੋਟਲਸ ਨੇ। ਬਿਲਕੁਲ ਸਾਹਮਣੇ ਸੀਪੀ ਮਾਲ ਹੈ ਜਿਹੜਾ ਨਵਾਂ ਖੁੱਲਿਆ। ਇਹ ਇਸ ਤਰ੍ਹਾਂ ਦਾ ਹਮਲਾ ਹੋਣਾ, ਇਸ ਤਰ੍ਹਾਂ ਦੀ ਫਾਇਰਿੰਗ ਕਰਨਾ, 3-4 ਚੀਜ਼ਾਂ ਬਹੁਤ ਅਹਿਮ ਹੈ ਕਿ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਕੋਈ ਰੰਗਦਾਰੀ ਦਾ ਸੀਗਾ, ਕਿਉਂਕਿ ਹੁਣ ਤੱਕ ਦੇ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਰੰਗਦਾਰੀ ਦਾ ਇਹ ਸਾਰਾ ਮਾਮਲਾ ਲੱਗ ਰਿਹਾ, 1 ਕਰੋੜ ਦੀ ਰੰਗਦਾਰੀ ਦਾ ਇਹ ਮਾਮਲਾ ਲੱਗ ਰਿਹਾ ਔਰ ਇਹ ਕੈਟੇਗਰੀ ਦਾ ਜਿਹੜਾ ਗੈਂਗਸਟਰ ਗਰੁੱਪ ਹੈ ਉਹਨਾਂ ਵੱਲੋਂ ਇੱਕ ਰੰਗਦਾਰੀ ਜਿਹੜੀ ਹੈ ਉਹ ਮੰਗੀ ਗਈ ਸੀ ਔਰ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ, ਜਿਸ ਕਰਕੇ ਇਹ ਫਾਇਰਿੰਗ ਕੀਤੀ ਗਈ, ਯਾਨੀ ਕਿ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਯਾਨੀ ਕਿ ਡਰਾਵਾ ਦਿੱਤਾ ਗਿਆ। ਹਾਲਾਂਕਿ ਹੁਣ ਪੁਲਿਸ ਇਹਦੇ ਵਿੱਚ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਕਈ ਚੀਜ਼ਾਂ ਤੇ ਕਈ ਕਲਿਊਜ਼ ਜਿਹੜੇ ਹੈ ਉਹ ਪੁਲਿਸ ਨੂੰ ਇਹਦੇ ਵਿੱਚ ਹੱਥ ਲੱਗ ਕੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਲਗਾਤਾਰ ਇਹਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਔਰ ਕਈ ਕਲਿਊਜ਼ ਜਿਹੜੇ ਪੁਲਿਸ ਨੂੰ ਮਿਲੇ ਟੈਕਨੀਕਲ ਤੇ ਕੌਣ ਸੀਗੇ ਬਾਈਕ ਸਵਾਰ, ਜਿਹੜਾ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਾਈਕ ਸਵਾਰ ਜਿਹੜੇ ਉਹ ਹਮਲਾਵਰ ਸੀਗੇ ਔਰ ਉਹਨਾਂ ਨੇ ਬਾਈਕ ਖੜੀ ਕਰਕੇ ਬਿਲਕੁਲ ਨੇੜੇ ਤੋਂ ਆ ਕੇ ਇੱਥੇ ਫਾਇਰਿੰਗ ਕੀਤੀ, ਯਾਨੀ ਕਿ ਡਰਾਉਣ ਦੀ ਕੋਸ਼ਿਸ਼ ਕੀਤੀ। ਉਹ ਕੌਣ ਨੇ, ਗੈਂਗਸਟਰ ਕਨੈਕਸ਼ਨ ਹੈ ਜਾਂ ਕਿਸ ਤਰ੍ਹਾਂ ਦਾ ਚੀਜ਼ਾਂ ਨੇ, ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਪੁਲਿਸ ਮਾਮਲਾ ਦਰਜ ਕਰਕੇ ਹੁਣ ਪੂਰਾ ਨੀਅਰ ਬਾਈ ਦੇ ਜਿੰਨੇ ਵੀ ਏਰੀਆ ਨੇ ਉਹਨਾਂ ਦੀ ਸੀਸੀਟੀਵੀ ਖੰਗਾਲਦੇ ਹੁਣ ਕੋਸ਼ਿਸ਼ ਕਰ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।